हलचल टीवी न्यूज। आज पटियाला में कांग्रेस के प्रधान अमरिंदर राजा वड़िंग का पटियाला दौरा हुआ। इसको लेकर कांग्रेसी कार्यकर्ताओं में भारी उत्साह था। वहीं राजा वड़िंग ने लोगों से सुझाव मांगे कि 2017 की पंजाब के जनता कांग्रेस की सरकार से क्या उम्मीद करती है। राजा वड़िंग का कहना था कि अगर कांग्रेस की सरकार आती है तो पंजाब को नशा मुक्त करेगी। उन्होंने लोगों को अपील की कि वो कैप्टन अमरिंदर सिंह को वोट दें। बहुत सच्चियां गल्लां कीतियां ने, अपना राजनीतिक जीवन बारे गल कीती है, नौजवानों नाल सांझियां कीतियां ने कि किस तरह दी औखाइयां दे विचों लीडर लंघदे ने और किस तरह दा पंजाब सोहना होना चाहिए इहदा भी जिक्र कीता है। हर तरह की उन्होंने राजनीतिक गल कीती है, कितना अच्छा लग रहा है, तुसीं भी देख रहे सी। ਕੀ ਤੁਹਾਨੂੰ ਲੱਗਾ ਜਿਹੜਾ ਇਹਨਾਂ ਸੁਝਾਅ ਸਟੂਡੈਂਟ ਦਿੱਤੇ ਨੇ ਜਾਂ ਨੌਜਵਾਨ ਦਿੱਤੇ ਨੇ ਕਿ ਇਹਨਾਂ ਨੂੰ ਅੱਗੇ ਹੱਲ ਕੀਤਾ ਜਾਊਗਾ ਜੀ? ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾਊਗਾ, ਬਿਲਕੁਲ ਜਿੰਨਾ ਵੱਧ ਤੋਂ ਵੱਧ ਇੰਪਲੀਮੈਂਟ ਕਰ ਸਕਾਂ ਕਰਾਂਗੇ, ਅੱਛੇ ਸੁਝਾਅ ਆਏ ਨੇ। ਕੁਝ ਸੁਣੀਏ ਤੇ ਸੁਣਾਈਏ ਕਾਰਜਕ੍ਰਮ ਅਸੀਂ ਪੂਰੇ ਪੰਜਾਬ 'ਚ ਵੱਡਿਆ। ਪੰਜਾਬ ਦੀਆਂ 117 ਅਸੈਂਬਲੀਆਂ 'ਚ ਅਸੀਂ ਜਾ ਰਹੇ ਹਾਂ। ਮਹਾਰਾਜਾ ਅਮਰਿੰਦਰ ਸਿੰਘ ਅੰਬਿਕਾ ਸੋਨੀ ਦੇ ਦਿਸ਼ਾ ਨਿਰਦੇਸ਼ 'ਤੇ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ। ਲੋਕਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕਿਹੋ ਜਿਹਾ ਪੰਜਾਬ ਉਹ 2017 ਦੀ ਸਰਕਾਰ ਕੀ ਕਲਪਨਾ ਕਰਦੇ ਹੈ। ਉਹਨਾਂ ਮੁੱਦਿਆਂ 'ਤੇ ਅਸੀਂ ਉਹਨਾਂ ਦੇ ਸਵਾਲ ਜਵਾਬ ਅਤੇ ਸੁਝਾਅ ਉਹਨਾਂ ਤੋਂ ਸੁਣਨ ਵਾਸਤੇ ਆਈ ਸੀ। ਆਉਣ ਵਾਲੇ ਸਮੇਂ 'ਚ ਇਹ ਤਮਾਮ ਸਾਰੀਆਂ ਗੱਲਾਂ ਅਸੀਂ ਆਪਦੇ ਮੈਨੀਫੈਸਟੋ 'ਚ ਲਾਗੂ ਕਰਾਂਗੇ ਅਤੇ ਜਿਹੋ ਜਿਹੇ ਲੋਕ ਔਰ ਨੌਜਵਾਨ ਪੰਜਾਬ ਦੀ ਕਲਪਨਾ ਕਰਦੇ ਉਹੋ ਜਿਹਾ ਸੁਪਨਿਆਂ ਦਾ ਜਿਹੜਾ ਪੰਜਾਬ ਹੈ ਉਹਨਾਂ ਨੂੰ ਆਉਣ ਵਾਲੀ ਕਾਂਗਰਸ ਪਾਰਟੀ ਦੇਵੇ। ਪਟਿਆਲਾ ਸੇ ਹਲਚਲ ਟੀਵੀ ਕੇ ਲੀਏ ਬਲਜੀਤ ਸਰਨਾ ਕੀ ਰਿਪੋਰਟ। ਅਬ ਸੁੰਦਰ ਬਣਨੇ ਕਾ ਸਪਨਾ ਕਰੇ ਸਾਕਾਰ, ਕਿਉਂਕਿ ਅਬ ਸੁੰਦਰਤਾ ਪਾਣਾ ਹੋ ਗਿਆ ਹੈ ਬਹੁਤ ਹੀ ਆਸਾਨ। ਸੁੰਦਰਤਾ ਕਾ ਰਾਜ ਜਾਣ ਗਏ ਹੈ ਸੁੰਦਰਾ ਸੀਕ੍ਰੇਟ ਔਰ ਲੇਕਰ ਆਏ ਹੈ ਆਪਕੇ ਲਈ ਸੁੰਦਰਤਾ ਕੇ ਉਪਹਾਰ। ਸੁੰਦਰਾ ਸੀਕ੍ਰੇਟ ਫੇਸ਼ੀਅਲ ਕਿਟ, ਸੁੰਦਰਾ ਸੀਕ੍ਰੇਟ ਟੀ ਟੈਨ, ਸੁੰਦਰਾ ਸੀਕ੍ਰੇਟ ਹੇਅਰ ਸਪਾ ਔਰ ਬਹੁਤ ਸਾਰੇ ਪ੍ਰੋਡਕਟ ਕਰ ਰੱਖੇਂਗੇ ਆਪਕੀ ਸੁੰਦਰਤਾ ਕਾ ਹਰ ਤਰਫ ਸੇ ਖਿਆਲ। ਬਿਕੋਜ ਵੀ ਕੈਨ ਵੀ ਕੇਅਰ ਬਿਊਟੀ ਫੋਰ ਐਵਰ। ਆਪ ਦੇਖ ਰਹੇ ਹੈ ਹਲਚਲ ਟੀਵੀ ਨਿਊਜ਼।